ਪਹਿਲਾਂ ਬਈ ਆਪਾਂ ਜੋੜੇ ਵਾਲੇ ਕਬੂਤਰਾਂ ਨੂੰ ਪਾ ਦਈਏ ਦਾਣਾ ਪਾਣੀ ਤੇ ਨਰਭੈ ਸਿੰਘ ਨਲਾ ਰਿਹਾ ਮੈਸਾਂ। ਆਹ ਜੋੜੇ ਵੀ ਮੈਨੂੰ ਲੱਗਦਾ ਧਰ ਲੈਣਗੇ ਆਂਡੇ। ਹਾਂ ਵੀ ਨੂਰੀ, ਨੂਰੀ ਵੀ ਕੱਲ੍ਹ ਨਲਾ ਸੀ ਬਈ। ਆਹ ਜੋੜੇ ਮੈਨੂੰ ਲੱਗਦਾ ਵੀ ਇੱਕ ਅੱਧੇ ਦਿਨ 'ਚ ਆਂਡਾ ਧਰ ਲੈਣਗੇ। ਆਹ ਦੇਖੋ ਧੰਨ ਭਾਲ ਮਸਾਂ ਲੱਗਿਆ ਜੋੜੇ, ਦਾਣੇ ਦੂਣੇ ਪਾਈਆਂ ਨੇ ਪਾਣੀ, ਇਹਨਾਂ ਦਾ ਬਦਲਾਂਗੇ ਦੁਪਹਿਰ ਨੂੰ ਆਪਾਂ। ਇਹਨੂੰ ਲਾ ਦਿੰਦੇ। ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ, ਕਿਵੇਂ ਕਾਇਮ ਹੋ ਸਾਰੇ? ਕੱਲ੍ਹ ਆ ਬਾਈ ਆਪਣੇ ਪਿੰਡ ਬਾਜੀ, ਤੁਹਾਨੂੰ ਦਿਖਾਵਾਂਗੇ ਬਾਜੀ ਵਾਲਾ ਬਲੌਗ ਇੱਧਰ। ਚਲੋ ਪਹਿਲਾਂ ਦਾਣਾ ਪਾਣੀ ਪਾਵਾਂ ਮੈਂ, ਫਿਰ ਤੁਹਾਨੂੰ ਬੱਚੇ ਦਿਖਾਉਣਾ ਛੋਟੇ। ਲਓ ਵੀ ਦਾਣੇ ਹੀ ਪਾ ਦੇ, ਪਾਣੀ ਵੀ ਪਾ ਦਾ ਅਤੇ ਰੰਗੀਲੀ ਦੇ ਮਾਂ ਬਾਪ ਨੇ ਬਈ ਧਰਨੇ ਆਂਡੇ। ਆਹ ਦੇਖੋ ਅਤੇ ਆਹ ਦੇਖ ਲਓ ਬੱਚੇ, ਇਹ ਜਿਹੜਾ ਆਪਣਾ ਟੈਡੀ ਹੈ ਉਹਦੇ ਭੈਣ ਭਾਈ ਨੇ ਅਤੇ ਡੱਬੇ ਨੇ ਵੀ ਧਰ ਲਏ, ਬਾਕੀ ਹਲੇ ਧਰ ਨਹੀਂ ਰਹੇ। ਤੁਸੀਂ ਕਿੱਧਰ ਉੱਤਰੇ ਆਏ ਹੋ ਇਹ ਤਾਂ ਹੀ ਮਰਦੇ ਹੋ। ਇੱਥੇ ਬੈਠੋ, ਇੱਥੇ ਬੈਠੋ। ਹਾਂ ਬਈ ਆਹ ਇਹਦੇ ਥੱਲੇ ਆਂਡੇ ਬਦਲੇ ਦੇ ਬਾਈ। ਓ ਹੋ ਹੋ ਹੋ, ਇੱਕ ਬੱਚਾ ਤਾਂ ਮਰ ਗਿਆ, ਇੱਕ ਬੱਚਾ ਮਰ ਗਿਆ ਹੀ ਆ, ਇੱਕ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਆਹੀ ਪਲ ਦੀ ਬਹੁਤ ਹੈ। ਖੁੱਡਾ ਸਾਫ ਕਰੀਏ ਯਾਰ ਪਹਿਲਾਂ ਅੱਜ, ਅਤੇ ਖੁੱਡਾ ਮੀਂਹ 'ਚ ਬਾਈ ਚੋ ਗਿਆ ਤਾਂ ਉਹ ਦੇਖੋ, ਉਹ ਦੇਖ ਲਓ ਸਾਲਾ ਮੀਂਹ ਨੇ ਬੜਾ ਕੰਮ ਖਰਾਬ ਕਰਿਆ ਯਾਰ। ਆ ਗਏ ਉੱਪਰ ਬਈ, ਮੈਟ ਧੋ ਰਹੇ ਹਾਂ। ਕਿੰਨੇ ਡਾਏ ਹੈ ਵੀਰ ਕਬੂਤਰ? ਦਿਖਦਾ ਹੀ ਨਹੀਂ ਸਾਲਾ ਉੱਪਰ ਨੂੰ। ਆਹ ਫਿਰਦੇ ਹਾਂ ਨੀਲਾ, ਆਹ ਫਿਰਦਾ, ਉਹ ਇੱਕ ਇਹਦੇ ਉੱਪਰ ਫਿਰਦਾ, ਇੱਧਰ ਫਿਰਦੇ ਆ ਸਾਲਾ। ਕੈਮਰੇ 'ਚ ਦਿਖਦੇ ਊਂ ਨਹੀਂ ਦਿਖਦੇ। ਮੈਟ ਮੁੜ ਧੋ ਕੇ ਵਿਛਾ ਦੇ, ਐਨ ਹੈ ਸਾਫ ਹੋ ਗਏ। ਹਾਂ ਜੀ ਗੋਡੇ ਸਾਫ ਕਰ ਦਿੰਦੇ। ਸੈਟਾਂ ਕਬੂਤਰ ਵੀ ਹੈ ਨਾ, ਇਹ ਕਹਿੰਦੇ ਫੂੜਾ ਜ਼ਿਆਦਾ ਯਾਰ ਵਿਚਾਰੇ ਨੱਕ ਦੇ, ਹੈ ਨਾ। ਹੁਣ ਤਾਂ ਮੁੜ ਗਿਆ ਜੀ, ਲੱਗ ਗਿਆ ਮੁੜਨ ਨੂੰ ਤਾਂ। ਇਹ ਹੋ ਜਾਵੇ ਨਾ ਸੈਟ, ਚੱਬ ਸੜਿਆ ਮਾਰ ਲੈ। ਹਾਂ ਖੁੱਡਿਆਂ ਦੀ ਕਰਦੇ ਹਾਂ ਬਾਈ ਸਫਾਈ। ਹੁਣ ਦੋ ਕਬੂਤਰ ਤਾਂ ਆ ਗਏ ਬਾਈ, ਨੀਲਾ ਅਤੇ ਲਾਲ ਚੀਨਾ, ਬਾਕੀ ਆਹ ਖੜੇ ਨੇ। ਆਹ ਦੇਖੋ ਸਾਰਾ ਦਿਖਦਾ ਕਿਹੜਾ ਹੈਗਾ ਉੱਪਰ ਨੂੰ। ਹਾਂ ਅਤੇ ਨਾ ਫਿਰਦੇ ਆ। ਹਾਂ ਟੈਡੀ ਦੀ ਨਿਗਾਹ ਮਾਰਨੀ ਵੀਰੇ ਆਪਾਂ ਨੇ। ਕਬੂਤਰ ਤਾਂ ਬਾਈ ਤਾਰ ਲੈਦੇ ਇੱਕ ਵਜੇ। ਹਾਂ ਬਾਈ ਅਤੇ ਖੁੱਡੇ ਦੀ ਕਰਨ ਲੱਗਿਆ ਸਫਾਈ। ਹੁਣ ਟੋਕਰੀ ਕੱਢ ਲਾ ਗੁਰੀ, ਖਾਲੀ ਕਰ ਦਿੰਦੇ ਇਹਨਾਂ ਨੂੰ, ਰੇਤਾ ਪਾ ਦਾਂਗੇ ਫਿਰ। ਸਾਫ ਕਰਦੇ
ਵਿੱਚੋਂ ਥੱਲੇ ਮਿੱਟੀ ਮੁੱਟੀ ਪੱਟ ਲਈ ਨਾ ਉੱਪਰੋਂ ਉੱਪਰੋਂ ਆਹਾ ਹਾਂ ਇਹਨੂੰ ਝਾੜ ਉਰੇ ਉਰੇ ਕਿੰਨਾ ਸਾਲਾ ਗੰਦ ਹੋਇਆ ਹੋਇਆ ਨਾ ਹੈ ਦਿਖਾਈ ਦਾ ਐਂ ਕਰ ਉਹ ਟੋਕਰੀਆਂ ਚੱਕ ਲਾ ਪਹਿਲਾਂ ਹਨਾ ਉੱਪਰਲੀ ਵੀ ਸਾਰੀ ਝਾੜ ਲਾ ਗੁਰੀਓ ਬਚਿਆ ਬੈਡ ਬਾਹਰ ਆ ਜਾਣ ਦੇ ਬਾਹਰ ਆਜੋ ਵੀ ਆਜੋ 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 ਇਹਨਾਂ ਪਾਣੀ ਪਾ ਦਿੰਦੇ ਨਹਾ ਲੈਣਗੇ ਹੈ ਨਾ ਆਜੋ ਆਜੋ ਨਾ ਲੋ ਭਰਤਾ ਪਾਣੀ ਬਈ ਨਾ ਰਹਿਣਗੇ ਹੁਣ ਦੇਖ ਲਓ ਬਾਈ ਇੰਨਾ ਢੇਰ ਲੱਗ ਗਿਆ ਹਾਲੇ ਵੀ ਕੱਢ ਰਹੇ ਹਾਂ ਵਿੱਚੋਂ ਗਰਮੀ ਗਰਮੀ ਹੋਇਆ ਪਿਆ ਕੰਮ ਬਸ ਰਹਿ ਗਿਆ ਥੋੜ੍ਹਾ ਜਿਹਾ ਕੰਮ ਫਿਰ ਉਧਰੋਂ ਰੇਤਾ ਕਲੀ ਲਿਆ ਕੇ ਪਾਉਣੇ ਆ ਲਓ ਵੀ ਰੇਤਾ ਲਿਆਂਦਾ ਕਲੀ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਦਈਏ ਉਹ ਕੱਢਤਾ ਸਾਰੀ ਗੰਦ ਢੇਰ ਲੱਗ ਗਿਆ ਪੂਰਾ ਜਲ ਵੀ ਸਾਫ਼ ਕਰਤਾ ਅੰਦਰ ਵੀ ਕਰਤਾ ਬਾਅਦ 'ਚੋਂ ਦਿਖਾਉਂਦੇ ਹਾਂ ਤੁਹਾਨੂੰ ਪਹਿਲਾਂ ਰਲਾ ਦਈਏ ਲਓ ਮਿੱਤਰੋ ਦੇਖੋ ਤਾਂ ਫਿਰ ਫੁੱਕਿਆ ਰਿਪੋਰਟ ਐਂ ਸਾਫ਼ ਸਫਾਈ ਕਰਤੀ ਬਸ ਆਹ ਰਹਿ ਗਈਆਂ ਇਹ 'ਚ ਬੱਚੇ ਛੋਟੇ ਨੇ ਇਹ 2-4 ਦਿਨ ਕਰ ਦਾਂਗੇ ਡੱਬਾ ਬਣਾਓ ਬਹਿ ਗਿਆ ਉਹ ਦੇਖੋ ਹੁਣ ਬਸ ਇੰਨੀ ਲੇਟ ਕਰਾਉਣਾ ਇੰਨਾ ਗੰਦ ਨਿਕਲ ਗਿਆ ਚਲੋ ਕਰ ਦਈਏ ਬੰਦੇ ਨਾਲ ਸ਼ਾਮ ਨੂੰ ਮਿਲਦੇ ਹਾਂ ਬਈ ਹੁਣ ਫ੍ਰੀ ਹੋਏ ਹੁਣ ਡੱਬੇ ਨੇ ਪੰਗਾ ਕਰਤਾ ਆਹ ਚੜ੍ਹ ਗਿਆ ਉਹ ਦੇਖੋ ਉੜਿਆ ਵੀ ਪਹਿਲੀ ਵਾਰ ਹੈ ਲੈ ਇਹ ਤਾਂ ਉੱਪਰ ਨੂੰ ਜਾਂਦੇ ਇਸੇ ਚਲੋ ਕਬੂਤਰ ਫੇਰ ਕੱਢਣੇ ਪਏ ਬਾਹਰ ਯਾਰ ਕਿੱਧਰ ਬੈਠਾ ਉਹ ਆ ਗਿਆ ਵੀ ਡੱਬਾ ਦੇਖਦੇ ਹਾਂ ਜੀ ਹੁਣ ਆ ਜਾਵੇ ਉਹ ਬੈਠਾ ਪਹਿਲੀ ਵਾਰੀ ਉੜਿਆ ਇਹ ਸਰ ਹੋ ਕੇ ਇੱਕ ਵਾਰੀ ਕੱਟ ਉੱਡ ਗਿਆ ਤਾਂ ਪਰ ਆ ਗਿਆ ਤਾ ਚਲੋ ਦੇਖਦੇ ਹਾਂ ਜੀ ਅਸੀਂ ਬਾਹਰ ਕੱਢੇ ਇਹਨਾਂ ਨੂੰ ਫਿਰ ਉੱਪਰ ਦਾਣੇ ਦੂਣੇ ਅੱਜ ਪਾਏ ਹੀ ਕਿਉਂਕਿ ਕੱਲ੍ਹ ਨੂੰ ਬਾਜੀ ਹੈ ਫਿਰ ਕਬੂਤਰ ਖੋਲ੍ਹਣੇ ਨਹੀਂ ਹੈਗੇ ਕੱਢਦੇ 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 ਆਇਆ ਆਇਆ ਕਰਦਾ ਤਿਆਰੀ ਆਉਣ ਦੀ ਆਇਆ ਡੱਬਿਆ ਆ ਜਾ ਚਲੋ ਬਾਈ ਦੇਖਦੇ ਆਉਂਦਾ ਕਿ ਨਹੀਂ ਆ ਗਿਆ ਬਾਈ ਸ਼ੁਕਰ ਹੈ
ਕਰ ਜੱਸੇ ਬੰਦੇ ਨੇ ਉਹ ਕੁੰਡਾ ਤਾਂ ਖੋਲਦੇ। ਇੱਕ ਵਾਰੀ ਜੀਭ ਤੇ ਛਲਦੇ ਹੋਏ ਆ, ਬਹੁਤ ਔਖਾ ਬੋਲ ਹੁੰਦਾ। ਹੁਣ ਬਲੌਗ ਹੈ ਨਹੀਂ ਤਾਂ ਕੋਈ, ਮੈਂ ਕਿਹਾ ਚੱਲ ਬਣਾਉਣਾ ਤਾਂ ਪੈਣਾ ਹੀ ਆ। ਮੈਂ ਤਾਂ ਕਹਿੰਦਾ ਕੱਲ੍ਹ ਤੱਕ ਠੀਕ ਹੋ ਜਾਣੇ ਯਾਰ ਬਾਜੀ, ਦੇਖੀਏ। ਚਲੋ ਹੁਣ ਉੱਪਰ ਚੱਲਦੇ ਹਾਂ। ਲਓ ਵੀ ਦੋ ਕਬੂਤਰ ਜਾਣ ਲੱਗੇ ਆ ਲੈਂਡਰ। ਇਹ ਚੱਲ ਬਈ ਆ ਗਏ ਆਪਾਂ ਉੱਪਰ। ਘੇਰੇ 'ਚ ਕਢਾ ਲਈ ਇਹਨਾਂ ਦੇ, ਤਿੰਨ ਚਾਰ ਦਿਨ ਦੇ ਬੰਦ ਦੇ। ਇਹਨਾਂ ਨਾਲ ਦਾ ਵੀ ਕੱਢਦੇ ਅਸੀਂ, ਇਹਨਾਂ ਦੇ ਨਾਲ ਵਾਲਾ। ਮੌਸਮ ਬਹੁਤ ਠੰਡਾ। ਲੈ ਲੈ ਕੱਢਦੇ ਚੱਲ ਬਈ। ਪਾਣੀ ਪੂਣੀ ਬਦਲ ਦੇ, ਦਾਣੇ ਪਾ ਦੇ। ਪਾਣੀ ਪੂਣੀ ਪਾ ਤਾ ਵੀ, ਦਾਣੇ ਪਾਉਣੇ ਆ ਅਤੇ ਤੁਹਾਨੂੰ ਖੁੱਡੇ ਦਿਖਾ ਦਵਾਂ। ਦੇਖਿਓ ਫਿਰ ਹੋ ਗਏ ਸਾਫ਼ ਹੈ ਨਾ, ਆ ਵੀ ਹੋ ਗਿਆ ਸਾਫ਼। ਓਕੇ ਰਿਪੋਰਟ ਹੈ ਨਹੀਂ ਦਾਣੇ ਆਏ 'ਚ ਪਾ ਦੇ ਫਿਰ ਵੀ। ਹੁਣ ਤੇ ਨਹੀਂ ਮਨ ਲੱਗਦਾ ਵੀਰੇ ਨੇ ਅੱਜ, ਕਿਉਂ ਕੱਲ੍ਹ ਨੂੰ ਕਿਹੜਾ ਡਾ ਹੋਣੇ ਨੇ, ਰੱਜ ਜਿਵੇਂ ਜੇ ਪਾ ਦੇ। ਕਿੱਥੇ ਗਏ ਲੰਡਰ? ਆ ਫਿਰਦੇ ਨੇ ਬਾਈ, ਦੋ ਤਿੰਨੇ ਆ ਆਉਂਦੇ ਨੇ। ਇੰਨੇ ਠੰਡੇ ਮੌਸਮ 'ਚ ਵੀ ਨਹੀਂ ਬਾਈ, ਅੱਧਾ ਘੰਟਾ ਲੱਗਦਾ ਇਹਨਾਂ 'ਤੇ, ਪਤਾ ਨਹੀਂ ਚੱਕਰ ਕਿਆ ਏ। ਪਾ ਦੇ ਐਨ ਚਲ ਓਕੇ ਆ। ਹੁਣ ਪਾਏ ਹੋਏ ਸੀ ਬਾਈ ਗਰਾਊਂਡ, ਅਤੇ ਗਰਮੀ ਹੋ ਕੇ ਖੇਡ ਕੇ ਚੱਲੇ ਹਾਂ ਘਰ ਨੂੰ, ਅਤੇ ਮਿਲਾਂਗੇ ਅਗਲੇ ਵਲੌਗ 'ਚ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਹੁਣ ਮਿਲਦੇ ਹਾਂ ਅਗਲੇ ਵਲੌਗ 'ਚ।